ਸੋ ਇਹ ਤਾਂ ਇਲਜ਼ਾਮ ਲਗਾ ਦਿੱਤੇ ਅਕਾਲੀ ਦਲ ਨੇ ਸੰਤ ਭਿੰਡਰਾਂ ਵਾਲਿਆਂ ਦੇ ਨਾਂ ਤੇ ਆਪ ਪਾਰਟੀ ਨੂੰ ਘੇਰ ਕੇ, ਪਰ ਉਧਰ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਸੁਖਪਾਲ ਖਹਿਰਾ ਨੂੰ ਕੁਝ ਲੋਕ ਸੰਤ ਭਿੰਡਰਾਂ ਵਾਲਿਆਂ ਨੂੰ ਆਪ ਪਾਰਟੀ ਵੱਲੋਂ ਅੱਤਵਾਦੀ ਤੇ ਹੋਰ ਅਪਸ਼ਬਦ ਬੋਲਣ ਸੰਬੰਧੀ ਸਵਾਲ ਕਰ ਰਹੇ ਨੇ ਕਿ ਖਹਿਰਾ ਭਿੰਡਰਾਂ ਵਾਲਿਆਂ ਨੂੰ ਕੀ ਸਮਝਦੇ ਨੇ। ਪਰ ਧਿਆਨ ਨਾਲ ਦੇਖੋ ਤੇ ਸੁਣੋ ਇਸ ਵੀਡੀਓ ਨੂੰ, ਖਹਿਰਾ ਕਿਸ ਤਰ੍ਹਾਂ ਕੁਝ ਵੀ ਬੋਲਣ ਤੋਂ ਕਤਰਾ ਰਹੇ ਨੇ। ਇਸ ਵੇਲੇ ਜਦੋਂ ਤੁਸੀਂ ਉਸ ਭਾਰਤੀ ਸੰਵਿਧਾਨ ਦੇ ਪੈਰੋਕਾਰ ਬਣ ਕੇ ਇੱਥੇ ਆਏ ਹੋ, ਤੇ ਜਿਹੜੇ ਸਾਰਿਆਂ ਤੋਂ ਜ਼ਿਆਦਾ ਸਾਨੂੰ ਇਸ ਵੇਲੇ ਜਿਹੜੇ ਸਾਡੇ ਪੋਲੀਟੀਕਲ ਪ੍ਰਿਜ਼ਨਰ ਨੇ, ਅਸਮ ਜਨਿਆਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਜਿਹੜੀ ਸੋਚ ਸੀਗੀ ਖਾਲਸਾ ਦੀ, ਤੇ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕੁਮਾਰ ਵਿਸ਼ਵਾਸ ਤੇ ਉਸ ਤੋਂ ਬਾਅਦ ਤੁਹਾਡੇ ਹੋਰ ਪਾਰਟੀ ਦੇ ਲੀਡਰਾਂ ਨੇ ਉਹਨੂੰ ਮਹਿਸ਼ਾਸੁਰ ਮੋਨਸਟਰ ਤੇ ਹੋਰ ਚੀਜ਼ਾਂ ਕਹੀਆਂ, ਤੁਹਾਡਾ ਐਜ਼ ਅ ਪਾਰਟੀ ਰੈਪ੍ਰੈਜ਼ੈਂਟੇਟਿਵ ਤੁਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਕੀ ਕਹਿੰਦੇ ਹੋ? ਮੈਂ ਉਹਨਾਂ ਦੀ ਪੋਲੀਟੀਕਲ ਸੋਚ ਦੀ ਗੱਲ ਕਰ ਰਹੀ ਹਾਂ, ਪ੍ਰਚਾਰ ਸਿੱਖੀ ਦਾ ਨਹੀਂ ਖਾਲਿਸਤਾਨ ਦਾ ਹੋ ਰਿਹਾ, ਤੇ ਇਸ ਵੇਲੇ ਖਾਲਸਾ ਪੰਥ ਦੇ ਜਥੇਦਾਰ ਸਰਦਾਰ ਜਗਤਾਰ ਸਿੰਘ ਜੀ ਹਵਾਰਾ, ਜਿਨ੍ਹਾਂ ਨੂੰ ਤੁਹਾਡੀ ਸੰਵਿਧਾਨ ਦੇ ਥੱਲੇ 25 ਸਾਲ ਤੋਂ 20 ਸਾਲ ਤੋਂ ਵਿੱਚ ਰੱਖਿਆ ਗਿਆ, ਤੁਸੀਂ ਉਹਨਾਂ ਨੂੰ ਅੱਤਵਾਦੀ ਕਹਿੰਦੇ ਹੋ ਜਾਂ ਤੁਸੀਂ ਉਹਨਾਂ ਨੂੰ ਜਥੇਦਾਰ ਕਹਿੰਦੇ ਹੋ? ਐਵਰੀਬਡੀ ਇਨ ਪੰਜਾਬ ਵਰਲਡ ਵਾਈਡ ਪੀਪਲ ਨੋ ਮਾਈ ਓਪੀਨੀਅਨ। ਬਿਕੋਜ਼ ਜਿੰਨੇ ਵੀ ਤੁਹਾਡੇ ਸੰਜੇ ਸਿੰਘ ਹੋਇਆ ਜਾਂ ਹੋਰ ਨੇ, ਉਹ ਇਹ ਗੱਲ ਕਹਿ ਚੁੱਕੇ ਆ ਵੀ ਜਿਹੜੀ ਸੰਤਾਂ ਵਾਲਾ ਵੀ ਟਰੈਕਟਰ ਦੇ ਖਿਲਾਫ ਆ। ਤੁਹਾਨੂੰ ਨਾ ਮੇਰੇ ਪਿਛੋਕੜ ਦਾ ਨੀ ਪਤਾ ਹੈਗਾ, ਵਾਟਸ ਯੂਰ ਰਿਸਰਚ ਅਬਾਊਟ ਮਾਈ ਮੈਨੂੰ ਤਾਂ ਇਹ ਗੱਲ ਦੇ ਸਮਝ ਲੈ ਜਾਣ ਲੱਗ ਕੀ ਤੁਹਾਨੂੰ ਤਾਂ